ਮੇਰਾ ਨਾਮ ਬੱਬੂ ਹੈ ਜੀ। ਕਿੱਥੇ ਮਾਰ ਕੇ ਸੱਟਾਂ? ਇੱਕ ਤਾਂ ਮੋਢਾ ਤੋੜਤਾ ਜੀ, ਇੱਕ ਕੰਨ 'ਚ ਫ੍ਰੈਕਚਰ ਹੈ ਜੀ। ਕੌਣ ਸੀਗਾ ਬੰਦਾ? ਕੌਰ ਸਿੰਘ ਤੇ ਕੁਲਵਿੰਦਰ ਸਿੰਘ ਹੈ ਜੀ। ਕਿਹੜੇ ਥਾਣਾ ਸੀਗਾ? ਥਰਮਲ ਥਾਣਾ ਜੀ। ਕਸ ਤੋਂ ਮਾਰੀ, ਕਾਰਨ ਕੀ ਸੀਗਾ? ਇਹ ਸਰ ਜੀ ਮੈਨੂੰ ਝੂਠਾ ਇਲਜ਼ਾਮ ਲਾਇਆ ਜੀ ਮੇਰੇ ਤੇ। ਜਿਹੜਾ ਪਰਚਾ ਮੇਰੇ ਤੇ ਸੀਗਾ ਜੀ ਉਹ ਸੀਗਾ ਹੀ ਸੀਗਾ, ਕਹਿੰਦੇ ਵੀ ਤੂੰ ਸਾਡੀ ਸਾਡੀ ਮੈਡਮ ਦਾ ਸਾਡੀ ਸਾਡਾ ਜਵਾਕ ਪੜ੍ਹਦਾ ਸਾਡੀ ਮੈਡਮ ਕੋਲੇ, ਉਹਦਾ ਪਰਸ ਤੇ ਮੋਬਾਈਲ ਲੈ ਕੇ ਭੱਜਿਆ। ਝੂਠਾ ਇਲਜ਼ਾਮ ਲਾਇਆ ਜੀ, ਰਾਤ ਨੂੰ ਮੈਨੂੰ ਟੋਰਚਰ ਵਾਧੂ ਕੀਤਾ ਜੀ, ਕੀ ਕੁਛ ਕੀਤਾ ਗਾ? ਕਰੰਟ ਕਰੁੰਟ ਵੀ ਲਾਇਆ ਜੀ ਬਹੁਤ ਜ਼ਿਆਦਾ ਗਲਤ ਥਾਂ ਤੇ ਜੀ, ਤੇ ਬਹੁਤ ਗੰਦੀ ਤਰ੍ਹਾਂ ਜੀ ਮੈਨੇ ਨਾਲ ਟੋਰਚਰਬਾਜ਼ੀ ਕੀਤੀ ਜੀ। ਕਿਹੜਾ ਥਾਣਾ? ਕਿਹੜਾ ਸੀਗਾ? ਥਰਮਲ ਥਾਣਾ ਜੀ। ਆਹ ਵਿਚਾਰੇ ਦੋਨੇ ਮੁਲਾਜ਼ਮਾਂ ਨੇ ਆਪਾਂ ਨੂੰ ਕੁਛ ਵੀ ਨਹੀਂ ਕਿਹਾ ਜੀ, ਇਹਨਾਂ ਨੇ ਬਹੁਤ ਸੇਵਾ ਕੀਤੀ ਜੀ ਆਪਣੀ ਰਾਤ ਵਿਚਾਰੇ ਨੇ। ਇਹ ਮੈਟਰ ਸਾਡੇ ਹਜੇ ਧਿਆਨ 'ਚ ਨਹੀਂ ਆਇਆ, ਬੰਦਾ ਜੇਲ੍ਹ 'ਚੋਂ ਪਤਾ ਲੱਗਿਆ ਵੀ ਮਾੜਾ ਜਿਹਾ ਵੀ ਜੇਲ੍ਹ 'ਚੋਂ ਦਾਖਲ ਹੋਇਆ ਆ ਕੇ, ਅਤੇ ਇਸ ਮਾਮਲੇ ਦੀ ਅਸੀਂ ਜਾਂਚ ਕਰ ਲੈਂਦੇ ਹਾਂ, ਨਾ ਹੀ ਕੋਈ ਸਾਨੂੰ ਇਨਫੋਰਮੇਸ਼ਨ ਆਈ ਹੈ ਇਹਦੀ ਹਜੇ। ਕਿਸ ਮਾਮਲੇ ਫੜਿਆ ਗਿਆ ਸੀ? ਇਹ ਚੋਰੀ ਦੇ ਮੈਟਰ 'ਚ ਫੜਿਆ ਗਿਆ ਸੀ ਅਤੇ ਜੇਲ੍ਹ 'ਚ ਸੀ। ਕਿਹੜੇ ਥਾਣੇ ਦਾ ਮਾਮਲਾ ਜੀ? ਇਹ ਥਰਮਲ ਥਾਣੇ ਦਾ ਮਾਮਲਾ ਜੀ, ਅਤੇ ਉੱਥੋਂ ਹੁਣ ਇਹ ਕਹਿ ਰਿਹਾ ਵੀ ਮੈਨੂੰ ਕਿਸੇ ਨੇ ਕੁੱਟਮਾਰ ਕੀਤੀ ਹੈ, ਇਹਦੀ ਜਾਂਚ ਕਰ ਲਾਂਗੇ, ਨਹੀਂ ਕਾਰਵਾਈ ਹੋਊਗੀ ਕਰਦਾ। ਮੇਰਾ ਨਾਮ ਬੱਬੂ ਹੈ ਜੀ। ਕਿੱਥੇ ਮਾਰ ਕੇ ਸੱਟਾਂ? ਇੱਕ ਤਾਂ ਮੋਢਾ ਤੋੜਤਾ ਜੀ, ਇੱਕ ਕੰਨ 'ਚ ਫ੍ਰੈਕਚਰ ਹੈ ਜੀ। ਕੌਣ ਸੀਗਾ ਬੰਦਾ? ਕੌਰ ਸਿੰਘ ਤੇ ਕੁਲਵਿੰਦਰ ਸਿੰਘ ਹੈ ਜੀ। ਕਿਹੜੇ ਥਾਣਾ ਸੀਗਾ? ਥਰਮਲ ਥਾਣਾ ਜੀ। ਕਸ ਤੋਂ ਮਾਰੀ, ਕਾਰਨ ਕੀ ਸੀਗਾ? ਇਹ ਸਰ ਜੀ ਮੈਨੂੰ ਝੂਠਾ ਇਲਜ਼ਾਮ ਲਾਇਆ ਜੀ ਮੇਰੇ ਤੇ। ਜਿਹੜਾ ਪਰਚਾ ਮੇਰੇ ਤੇ ਸੀਗਾ ਜੀ ਉਹ ਸੀਗਾ ਹੀ ਸੀਗਾ, ਕਹਿੰਦੇ ਵੀ ਤੂੰ ਸਾਡੀ ਸਾਡੀ ਮੈਡਮ ਦਾ ਸਾਡੀ ਸਾਡਾ ਜਵਾਕ ਪੜ੍ਹਦਾ ਸਾਡੀ ਮੈਡਮ ਕੋਲੇ, ਉਹਦਾ ਪਰਸ ਤੇ ਮੋਬਾਈਲ ਲੈ ਕੇ ਭੱਜਿਆ। ਝੂਠਾ ਇਲਜ਼ਾਮ ਲਾਇਆ ਜੀ, ਰਾਤ ਨੂੰ ਮੈਨੂੰ ਟੋਰਚਰ ਵਾਧੂ ਕੀਤਾ ਜੀ, ਕੀ ਕੁਛ ਕੀਤਾ ਗਾ? ਕਰੰਟ ਕਰੁੰਟ ਵੀ ਲਾਇਆ ਜੀ ਬਹੁਤ ਜ਼ਿਆਦਾ ਗਲਤ ਥਾਂ ਤੇ ਜੀ, ਤੇ ਬਹੁਤ ਗੰਦੀ ਤਰ੍ਹਾਂ ਜੀ ਮੈਨੇ ਨਾਲ ਟੋਰਚਰਬਾਜ਼ੀ ਕੀਤੀ ਜੀ। ਕਿਹੜਾ ਥਾਣਾ? ਕਿਹੜਾ ਸੀਗਾ? ਥਰਮਲ ਥਾਣਾ ਜੀ। ਆਹ ਵਿਚਾਰੇ ਦੋਨੇ ਮੁਲਾਜ਼ਮਾਂ ਨੇ ਆਪਾਂ ਨੂੰ ਕੁਛ ਵੀ ਨਹੀਂ ਕਿਹਾ ਜੀ, ਇਹਨਾਂ ਨੇ ਬਹੁਤ ਸੇਵਾ ਕੀਤੀ ਜੀ ਆਪਣੀ ਰਾਤ ਵਿਚਾਰੇ ਨੇ। ਇਹ ਮੈਟਰ ਸਾਡੇ ਹਜੇ ਧਿਆਨ 'ਚ ਨਹੀਂ ਆਇਆ, ਬੰਦਾ ਜੇਲ੍ਹ 'ਚੋਂ ਪਤਾ ਲੱਗਿਆ ਵੀ ਮਾੜਾ ਜਿਹਾ ਵੀ ਜੇਲ੍ਹ 'ਚੋਂ ਦਾਖਲ ਹੋਇਆ ਆ ਕੇ, ਅਤੇ ਇਸ ਮਾਮਲੇ ਦੀ ਅਸੀਂ ਜਾਂਚ ਕਰ ਲੈਂਦੇ ਹਾਂ, ਨਾ ਹੀ ਕੋਈ ਸਾਨੂੰ ਇਨਫੋਰਮੇਸ਼ਨ ਆਈ ਹੈ ਇਹਦੀ ਹਜੇ। ਕਿਸ ਮਾਮਲੇ ਫੜਿਆ ਗਿਆ ਸੀ? ਇਹ ਚੋਰੀ ਦੇ ਮੈਟਰ 'ਚ ਫੜਿਆ ਗਿਆ ਸੀ ਅਤੇ ਜੇਲ੍ਹ 'ਚ ਸੀ। ਕਿਹੜੇ ਥਾਣੇ ਦਾ ਮਾਮਲਾ ਜੀ? ਇਹ ਥਰਮਲ ਥਾਣੇ ਦਾ ਮਾਮਲਾ ਜੀ, ਅਤੇ ਉੱਥੋਂ ਹੁਣ ਇਹ ਕਹਿ ਰਿਹਾ ਵੀ ਮੈਨੂੰ ਕਿਸੇ ਨੇ ਕੁੱਟਮਾਰ ਕੀਤੀ ਹੈ, ਇਹਦੀ ਜਾਂਚ ਕਰ ਲਾਂਗੇ, ਨਹੀਂ ਕਾਰਵਾਈ ਹੋਊਗੀ ਕਰਦਾ। ਮੇਰਾ ਨਾਮ ਬੱਬੂ ਹੈ ਜੀ। ਕਿੱਥੇ ਮਾਰ ਕੇ ਸੱਟਾਂ? ਇੱਕ ਤਾਂ ਮੋਢਾ ਤੋੜਤਾ ਜੀ, ਇੱਕ ਕੰਨ 'ਚ ਫ੍ਰੈਕਚਰ ਹੈ ਜੀ। ਕੌਣ ਸੀਗਾ ਬੰਦਾ? ਕੌਰ ਸਿੰਘ ਤੇ ਕੁਲਵਿੰਦਰ ਸਿੰਘ ਹੈ ਜੀ। ਕਿਹੜੇ ਥਾਣਾ ਸੀਗਾ? ਥਰਮਲ ਥਾਣਾ ਜੀ। ਕਸ ਤੋਂ ਮਾਰੀ, ਕਾਰਨ ਕੀ ਸੀਗਾ? ਇਹ ਸਰ ਜੀ ਮੈਨੂੰ ਝੂਠਾ ਇਲਜ਼ਾਮ ਲਾਇਆ ਜੀ ਮੇਰੇ ਤੇ। ਜਿਹੜਾ ਪਰਚਾ ਮੇਰੇ ਤੇ ਸੀਗਾ ਜੀ ਉਹ ਸੀਗਾ ਹੀ ਸੀਗਾ, ਕਹਿੰਦੇ ਵੀ ਤੂੰ ਸਾਡੀ ਸਾਡੀ ਮੈਡਮ ਦਾ ਸਾਡੀ ਸਾਡਾ ਜਵਾਕ ਪੜ੍ਹਦਾ ਸਾਡੀ ਮੈਡਮ ਕੋਲੇ, ਉਹਦਾ ਪਰਸ ਤੇ ਮੋਬਾਈਲ ਲੈ ਕੇ ਭੱਜਿਆ। ਝੂਠਾ ਇਲਜ਼ਾਮ ਲਾਇਆ ਜੀ, ਰਾਤ ਨੂੰ ਮੈਨੂੰ ਟੋਰਚਰ ਵਾਧੂ ਕੀਤਾ ਜੀ, ਕੀ ਕੁਛ ਕੀਤਾ ਗਾ? ਕਰੰਟ ਕਰੁੰਟ ਵੀ ਲਾਇਆ ਜੀ ਬਹੁਤ ਜ਼ਿਆਦਾ ਗਲਤ ਥਾਂ ਤੇ ਜੀ, ਤੇ ਬਹੁਤ ਗੰਦੀ ਤਰ੍ਹਾਂ ਜੀ ਮੈਨੇ ਨਾਲ ਟੋਰਚਰਬਾਜ਼ੀ ਕੀਤੀ ਜੀ। ਕਿਹੜਾ ਥਾਣਾ? ਕਿਹੜਾ ਸੀਗਾ? ਥਰਮਲ ਥਾਣਾ ਜੀ। ਆਹ ਵਿਚਾਰੇ ਦੋਨੇ ਮੁਲਾਜ਼ਮਾਂ ਨੇ ਆਪਾਂ ਨੂੰ ਕੁਛ ਵੀ ਨਹੀਂ ਕਿਹਾ ਜੀ, ਇਹਨਾਂ ਨੇ ਬਹੁਤ ਸੇਵਾ ਕੀਤੀ ਆਪਣੀ ਰਾਤ ਵਿਚਾਰੇ ਨੇ। ਇਹ ਮੈਟਰ ਸਾਡੇ ਹਜੇ ਧਿਆਨ 'ਚ ਨਹੀਂ ਆਇਆ, ਬੰਦਾ ਜੇਲ੍ਹ 'ਚੋਂ ਪਤਾ ਲੱਗਿਆ ਵੀ ਮਾੜਾ ਜਿਹਾ ਵੀ ਜੇਲ੍ਹ 'ਚੋਂ ਦਾਖਲ ਹੋਇਆ ਆ ਕੇ, ਅਤੇ ਇਸ ਮਾਮਲੇ ਦੀ ਅਸੀਂ ਜਾਂਚ ਕਰ ਲੈਂਦੇ ਹਾਂ, ਨਾ ਹੀ ਕੋਈ ਸਾਨੂੰ ਇਨਫੋਰਮੇਸ਼ਨ ਆਈ ਹੈ ਇਹਦੀ ਹਜੇ। ਕਿਸ ਮਾਮਲੇ ਫੜਿਆ ਗਿਆ ਸੀ? ਇਹ ਚੋਰੀ ਦੇ ਮੈਟਰ 'ਚ ਫੜਿਆ ਗਿਆ ਸੀ ਅਤੇ ਜੇਲ੍ਹ 'ਚ ਸੀ। ਕਿਹੜੇ ਥਾਣੇ ਦਾ ਮਾਮਲਾ ਜੀ? ਇਹ ਥਰਮਲ ਥਾਣੇ ਦਾ ਮਾਮਲਾ ਜੀ, ਅਤੇ ਉੱਥੋਂ ਹੁਣ ਇਹ ਕਹਿ ਰਿਹਾ ਵੀ ਮੈਨੂੰ ਕਿਸੇ ਨੇ ਕੁੱਟਮਾਰ ਕੀਤੀ ਹੈ, ਇਹਦੀ ਜਾਂਚ ਕਰ ਲਾਂਗੇ, ਨਹੀਂ ਕਾਰਵਾਈ ਹੋਊਗੀ ਕਰਦਾ।